ਬੇਗਮ ਸਾਹਿਬਾਂ ਨੂੰ ਮੈਂ مشورہ ਦਿੱਤਾ ਸੀ ਕਿ ਇਹ ਲੀਚੀ ਪਾਸ ਜਿਹੜੀ ਹੈ ਨਾ ਖੁਸ਼ਕ ਕਰਕੇ ਨਾ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮੁਅਲੈਕਮ ਜੀ ਕੀ ਹਾਲ ਨੇ ਸਾਰੇ ਬੜਬਈਆਂ ਦੇ ਮੇਰੀ ਬੈਕ ਸਾਈਡ ਤੇ ਤੁਸੀਂ ਦੇਖ ਲਓ ਮਾਸ਼ਾਅੱਲਾ ਕੱਲ ਤਨ ਕਿਹਾ ਸੀ ਮੈਂ ਸਫਾਈ ਵਗੈਰਾ ਸਵੇਰ ਸਵੇਰ ਨਾ ਸਫਾਈ ਕਰਨ ਲੱਗਿਆ ਹੋਇਆ ਔਰ ਦਿਖਾਇਆ ਕੋਈ ਨਹੀਂ ਹੈ ਕਿਉਂਕਿ ਮੋਬਾਈਲ ਜਿਹੜਾ ਅੰਦਰ ਚਾਰਜਿੰਗ ਤੇ ਲੱਗਿਆ ਹੋਇਆ ਸੀ ਤਕਰੀਬਨ ਸਾਰੀ 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 ਸਫਾਈ ਹੋ ਗਈ ਔਰ ਗੰਦ ਦੇਖੋ ਕਿੰਨਾ ਸਾਰਾ ਨਿਕਲਿਆ ਔਰ ਕਿਆਰੀਆਂ ਹੋਣ ਨਾ ਮਾਸ਼ਾਅੱਲਾ ਪਿਆਰੀਆਂ ਲੱਗ ਰਹੀਆਂ ਨੇ ਐ ਦੇਖੋ ਇੰਨਾ ਜ਼ਿਆਦਾ ਗੰਦ ਨਿਕਲਿਆ ਔਰ ਇੰਨਾ ਕਿਆਰੀਆਂ ਜਿਹੜੀਆਂ ਖਾਲੀ ਨਜ਼ਰ ਆ ਰਹੀਆਂ ਇਹਨਾਂ ਦੇ ਵਿੱਚ ਹੀ ਹੁਣ ਪੌਦੇ ਵਗੈਰਾ ਇਨਸ਼ਾਅੱਲਾ ਇਨਸ਼ਾਅੱਲਾ ਲਾਣੇ ਨੇ ਔਰ ਐ ਵੀ ਹੁਣ ਪੌਦੇ ਨਾਲ ਗਰੋ ਕਰਨ ਲੱਗ ਗਏ ਨੇ ਔਰ ਕੁਛ ਨਾ ਇਹ ਦੇਖੋ ਕਲਮਾਂ ਲਾਈਆਂ ਸੀ ਤੁਹਾਨੂੰ ਦਿਖਾਵਾਂ ਐ ਦੇਖੋ ਕਲਮਾਂ ਲਾਈਆਂ ਸੀ ਮਾਸ਼ਾਅੱਲਾ ਇਹ ਵੀ ਫੁੱਟ ਗਈਆਂ ਨੇ ਸੋਬੋ ਸੋਬੋ ਬੇਗਮ ਸਾਹਿਬਾਂ ਦੇ ਦੋ ਤਿੰਨ ਕੰਮ ਸੀ ਉਹ ਵੀ ਕੰਪਲੀਟ ਕਰ ਲੈ ਕੀ ਕੰਮ ਹੈਗੇ ਸੀ ਉਹ ਵੀ ਜਰੂਰ ਦਿਖਾਣਾ ਬੇਗਮ ਸਾਹਿਬਾਂ ਨੇ ਫਰਮਾਇਸ਼ ਕੀਤੀ ਇਹ ਚੁੱਲਾ ਮੈਨੂੰ ਲਾ ਦੇਓ ਕਿਉਂਕਿ ਦੂਸਰਾ ਸਿਲੰਡਰ ਦੇ ਉੱਪਰ ਨਾ ਜ਼ਿਆਦਾ ਵੱਡੀ ਦੇਜਕੀ ਵਗੈਰਾ ਜਾਂ ਕੋਈ ਚੀਜ਼ ਨਹੀਂ ਰੱਖੀ ਜਾਂਦੀ ਹਾਂ ਤੇ ਇਸੇ ਕਰਕੇ ਫਿਰ ਇਹ ਵਾਲਾ ਚੁੱਲਾ ਜਿਹੜਾ ਹੈਗਾ ਨਾ ਥੋੜਾ ਬਹੁਤਾ ਖਰਾਬ ਹੈ ਕਿਸੇ ਰਿਪੇਅਰ ਵਗੈਰਾ ਕਰਕੇ ਨਾ ਇਹਦੇ ਉੱਤੇ ਜਿਹੜਾ ਦੋਵੇਂ ਮਸਲ ਚੁੱਲੇ ਚੱਲਦੇ ਨੇ ਕੱਸ ਕੇ ਦੇ ਦਿੱਤੇ ਨੇ ਪੈਪ ਔਰ ਆਪਾਂ ਕੋਸ਼ਿਸ਼ ਕਰਨੇ ਕਿ ਵੈਸੇ ਵੀ ਇਹਨਾਂ ਨੂੰ ਵੱਡਾ ਸਿਲੰਡਰ ਲੈ ਕੇ ਆਉਣੇ ਆ ਬੈਕ ਸਾਈਡ ਤੇ ਇਨਸ਼ਾਅੱਲਾ ਉਤਲੀਆਂ ਸਰਦੀਆਂ ਦੇ ਅੰਦਰ ਅੰਦਰ ਤੁਹਾਨੂੰ ਅੱਗੇ ਹੀ ਦੱਸਿਆ ਸੀ ਕਿਚਨ ਦੀ ਕਾਫੀ ਜ਼ਿਆਦਾ ਜਿਹੜਾ ਨਾ ਸੈਟਿੰਗ ਵੈਟਿੰਗ ਕਰਨੀ ਇਨਸ਼ਾਅੱਲਾ ਹਾਂ ਨਾਸ਼ਤਾ ਮੈਂ ਹੁਣ ਕਰਨਾ ਕਿਉਂਕਿ ਸਵੇਰ ਸਵੇਰ ਜਿਹੜਾ ਹੈਗਾ ਨਾ ਕੰਮ ਕਰਦਾ ਰਿਹਾ ਇੱਕ ਪੌਦਾ ਮੈਂ ਲਿਆ ਕੇ ਜਿਹੜਾ ਗਾ ਨਾ ਲਾ ਦਿੱਤਾ ਹੈ ਚਾਰੀ ਦੇ ਵਿੱਚ ਅਲਹਮਦੁਲਿਲਾ ਔਰ ਇਹ ਪਿਆਰਾ ਕਿੰਨਾ ਫੁੱਲ ਲਾਏਗਾ ਤੁਸੀਂ ਦੇਖੋ ਮਾਸ਼ਾਅੱਲ ਔਰ ਦੂਸਰਾ ਪੌਦਾ ਜਿਹੜਾ ਗਾ ਨੇ ਵੀ ਗੰਬਲੇ ਵਿੱਚ ਉਨਕੜਨੇ ਪਹਿਲੇ ਵਾਲਾ ਤਾਂ ਗੰਬਲਾ ਤੋੜਨਾ ਪਿਆ ਕਿਉਂਕਿ ਵੈਸੇ ਨਾ ਨਿਕਲ ਰਹੀ ਸੀ ਔਰ ਇਹ ਸਾਬਤ ਨਿਕਲ ਆ ਬਿਸਮਿਲਲਾਹ ਦੋਨੋਂ ਬੂਟੇ ਲਾ ਦਿੱਤੇ ਸੀ ਲੇਕਿਨ ਗੰਬਲੇ ਨਹੀਂ ਬਚਾ ਸਕੇ ਗੰਬਲੇ ਨਾ ਤੋੜਨੇ ਹੀ ਪਏ ਨੇ ਦੋਨੋਂ ਜਗ੍ਹਾ ਆਲੇ ਫਰੈਸ਼ ਹੋ ਗਿਆ ਔਰ ਐ ਸਾਈਡ ਤੇ ਜਿਹੜੀ ਕਿਆਰੀ ਖਲੀ ਸੀ ਉਹਨਾਂ ਦੇ ਵਿੱਚ ਲਾ ਦਿੱਤਾ ਜੀ ਇੱਕ ਪੌਦਾ ਇਹਨੂੰ ਕੀ ਕਹਿੰਦੇ ਨੇ ਬੇਗਨ ਔਰ ਦੂਸਰੇ ਆ ਫੁੱਲ ਲੱਗੇ ਬੱਚੇ ਵੀ ਅਲਹਮਦੁਲਿਲਾ ਸਕੂਲ ਚੋਂ ਪੜ ਕੇ ਆ ਚੁੱਕੇ ਨੇ ਔਰ ਬੇਗਮ ਸਾਹਿਬਾ ਬੱਚਿਆਂ ਵਾਸਤੇ ਅੱਜ ਕੁਝ ਸਪੈਸ਼ਲ ਬਣਾਉਣ ਲੱਗੀ ਐ ਸਪੈਸ਼ਲ ਕੀ ਉਤਨ ਦਿਖਾਣੇ ਆ ਚਿਪਸ ਬਣਾਉਣ ਲੱਗੀ ਐ ਜੀ ਆਲੂ ਵਾਲੀ ਆਲੂ ਵਾਲੀ ਔਰ ਇਹ ਆਲੇ ਮੈ ਕੱਟੇ ਨੇ ਮੈਖਾਈ ਔਰ ان کی ਬਰੀਕ ਚਿਪਸ ਬਣਾਉ ਔਰ ਇਹ ਆਲੇ ਬੇਗਮ ਸਾਹਿਬ ਕਹਿੰਨੇ ਕਿ ਵੱਡੀ ਜਿਹੜੀ ਹੈ ਨਾ ਚਿਪਸ ਬਣਾਉਣੇ ਆ ਅੱਛਾ ਕਿਹੜੇ ਗੋਲ ਕੱਟੇ ਨੋ ਕਿੱਥੇ ਕੋਈ ਮਨ ਦਿੱਤੇ ਨੇ ਦੋਖ ਤੇ ਪਾ ਰਹੇ ਨੇ ਅੱਛਾ ਅੱਛਾ ਮੇਰੇ ਨਾਲ ਨਾ ਇੱਕ ਦੁੱਖਾ ਹੋਇਆ ਹੈ ਦੁੱਖਾ ਤਾਂ ਨਹੀਂ ਬਲਕੇ ਮੈਂ ਆਪ ਹੀ ਲੈ ਕੇ ਲੇਖਣ ਮੈਨੂੰ ਪਤਾ ਨਹੀਂ ਲੱਗਿਆ ਉੱਥੇ ਮੈਂ ਇਹ ਵਾਲੀ ਮਸ਼ੀਨ ਜਿਹੜੀ ਲੈਣ ਦੀ ਸੀ ਨਗਰ ਦੇ ਕਿਚਨ ਦੀ ਸ਼ੋਪਿੰਗ ਕੀਤੀ ਸੀ ਇਹ ਵਾਲੀ ਮੈਂ ਸੋਚਿਆ ਇਹਦੇ ਵਿੱਚ ਚਿਪਸ ਬਣਾਵਨ ਦਾ ਵੀ ਆਪਸ਼ਨ ਹੈ ਚਿਪਸ ਦੀ ਮਸਲ ਜਿਹੜੀ ਨਾ ਚਿਪਸ ਦੀ ਕਟਾਈ ਵਗੈਰਾ ਹੁੰਦੀ ਹੈ ਲੇਕਿਨ ਭਾਈ ਸਾਹਿਬ ਕਟਾਈ ਨਹੀਂ ਹੁੰਦੀ ਜਿਪਸ ਦੇ ਅੰਦਰ ਹੁੰਦੀ ਹੈ ਲੇਕਿਨ ਉਹ ਜਿਹੜੀ ਗੋਲ ਚਿਪਸ ਬਣਦੀ ਹੈ ਨਾ ਉਹਦੀ ਹੁੰਦੀ ਕਟਾਈ ਬਾਕੀ ਇਹ ਤੇ ਆਪਸ਼ਨ ਹੀ ਹੋਰ-ਹੋਰ ਤਰ੍ਹਾਂ ਦੇ ਹੈਗੇ ਮੈਂ ਤਾਂ ਸੋਚਿਆ ਇਹਦੇ ਵਿੱਚ ਸਾਰੇ ਆਪਸ਼ਨ ਹੋਣਗੇ ਮੈਂ ਇਹ ਸੋਚੀ ਫਿਰਦਾ ਸੀ ਇਹਦੇ ਵਿੱਚ ਚਿਪਸ ਬਣਦੀ ਹੈ ਕਿਉਂਕਿ ਉਸ ਚਿਪਸ ਵਾਲੀ ਸਾਈਡ ਤੇ ਰਹੀ ਸੀ ਲੇਕਿਨ ਤੇ ਬਣੀ ਨਹੀਂ ਇਹਦੇ ਵਿੱਚ ਇਹਦੇ ਵਿੱਚ ਕਟਾਈ ਹੋਈ ਹੈ ਇਸ ਤਰ੍ਹਾਂ ਦੀ ਬਿਲਕੁਲ ਹੀ ਬਰੀਕ ਸਾਰੇ ਆਲੂ ਬੇਗਮ ਸਾਹਿਬਾ ਨੇ ਫਿਰ ਨਾ ਹੱਥ ਨਾ ਕੱਟੇ ਨੇ ਟੋਟਲ ਦੇ ਟੋਟਲ acha ਖਰਾਬ ਨਾ ਕਰੀ ਮੈਂ ਇਹਨੂੰ ਇੱਕ ਤਿੰਨ ਮਸ਼ਰਹ ਦੇਵਾਂ ਇਹਦੇ ਉੱਤੇ ਮਸਾਲਾ ਵਗੈਰਾ ਬਿਲਕੁਲ ਨਾ ਲਾਵੀ ਔਰ ਕੀ ਲਾਵਾਂ ਇਹਨੂੰ ਇਹਨੂੰ ਐਵੇਂ ਖੁਸ਼ਕ ਐਵੇਂ ਫਰ नमक मैदा, मैदा। बाद नहीं नहीं कुछ भी ना ला हाँ एवं खुश की इनकी फ्राई करके अच्छी तरीके फिर बाद उ मसाला ला के ना चाट मसाला ला के खावे जबरदस्त लगेगी मैदा या बेसन वगैरह अगर इस चिप्स उ लवीवे ना मेरे ख्याल अच्छा नहीं आयल जो है ना काफ़ी ज़्यादा उन और वो अच्छी नहीं है ਖੁਸ਼ਕ ਜਿਹੜੀ ਬਣੀ ਹੁੰਦੀ ਨੇ ਜ਼ਿਆਦਾਤਰ ਮੈਂ ਪਹਿਲੇ ਮੈਨੂੰ ਵੀ ਪਤਾ ਸੀ ਖੁਸ਼ਕੀ ਵੀ ਬਣਦੀ ਹੈ ਜ਼ਿਆਦਾਤਰ ਅਗਰ ਕਿਸੇ ਪਾਸੋਂ ਕੱਲ ਜਿਹੜੀ ਲਈ ਸੀ ਉਹ ਖੁਸ਼ਕ ਬਣੀ ਹੋਈ ਸੀ ਉਸ ਵਿਧਾਵਾ ਅੱਲਾਹ ਤੇਰਾ ਭਲਾ ਕਰੇ ਮਸਲ ਕੈਫਸੀ ਤੋਂ ਜਾਂ ਉਸ ਜਗ੍ਹਾ ਤੋਂ ਚਿਪਸ ਵਗੈਰਾ ਬਿਲਕੁਲ ਖੁਸ਼ਕ ਆਲੂਆਂ ਦੀ ਬਣੀ ਹੁੰਦੇ ਕੋਈ ਮੈਦਾ ਵਗੈਰਾ ਕੁਝ ਨਹੀਂ ਲੱਗਿਆ ਹੁੰਦਾ ਮੈਂ ਤੇ ਸੋਚਿਆ ਸੀ ਮੇਰੀ ਜਿਹੜੀ ਨਿਸ਼ਾਨੀ ਹੈ ਨਾ ਖਤਮ ਹੋ ਗਈ ਲੇਕਿਨ ਅਲhamdulillah ਕੁਝ ਥੋੜੀ ਬਹੁਤੀ ਨਿਸ਼ਾਨੀ ਜਿਹੜਨ ਬਚੀ ਫਿਰਦੀ ਉਹ ਕਿਸ ਚੀਜ਼ ਦੀ ਜਿਹੜੀਆਂ ਸੂਰਜ ਮੁਖੀਆਂ ਲਾਈਆਂ ਹੋਈਆਂ ਸੀ ਉਹਨਾਂ ਦੇ ਇੱਕ ਦੋ ਬੀਜ ਦੇ ਪੌਦੇ ਜਿਹੜਾ ਉਹ ਕਿਹੜੇ ਖਤਮ ਹੋ ਗਏ ਸੇ ਸ਼ੁਕਰ ਹੈ ਕਿ ਇਹ ਦੇਖੋ ਗੰਬਲੇ ਪੁਰਾਣੇ ਪੈ ਸੀ ਨਾ ਤੋਂ ਦੇ ਵਿੱਚ ਇਹ ਦੇਖੋ ਇੱਕ ਇਹ ਸੂਰਜ ਮੁਖੀ ਦਾ ਪੌਦਾ ਉਗ ਗਿਆ। ਔਰ ਇੱਕ ਇਹ ਉਗ ਗਿਆ ਖੜਾ ਔਰ ਇੱਕ ਇਹ ਹੋ ਗਿਆ ਖੜਾ ਤਿੰਨ ਪੌਦੇ ਸੂਰਜ ਮੁਖੀ ਦੇ ਉੱਗੇ ਹੋਏ ਨੇ। ਬੱਚਿਆਂ ਨੂੰ ਗੰਨੇ ਘਰ ਦੇ ਲੱਭ ਗਏ ਨੇ। ਬੱਚੇ ਗੰਨੇ ਚੁੱਪ ਚੁੱਪ ਕੇ ਥੱਕੇ ਪੈ ਨੇ। ਅਬਦਲ ਹਾਦੀ ਤੂੰ ਵੀ ਗੰਨੇ ਚੁੱਪੜੇ ਨੇ। ਹੈ? ਅਕ ਤੌਬਾ ਮੇਰੀ ਮੈਨੂੰ ਨਾ ਤਰ ਬੁਕਾਮ ਅੱਗੇ ਗੰਨੇਆਂ ਦੀ ਵਜ੍ਹਾ ਤੁਝੇ ਡਾਗ ਕਰਨੇ ਬਿਮਾਰ ਹੋਇਆ। ਗੰਨੇ ਨੇ ਦੋ ਤਿੰਨ ਦਿਨ ਚੁੱਪੇ ਨੇ। ਐਵੇਂ ਨਾ। ਪਰसों ਜਿਹੜਾ ਡਿਨਰ ਸੈੱਟ ਦਿਖਾਇਆ ਸੀ ਨਾ ਕਾਫੀ ਸਾਰੇ ਹੁਣ ਤੱਕ ਕਮੈਂਟ ਆ ਰਹੇ ਨਵਾਜ਼ ਭਾਈ ਮਾਸ਼ਾਅੱਲਾ ਤੁਹਾਡੀ ਚੋਇਸ ਬੜੀ ਜ਼ਬਰਦਸਤ ਹੈ ਬਹੁਤ ਹੀ ਜ਼ਬਰਦਸਤ ਸੀ ਲੱਗਦਾ ਲੈ ਕੱਲੇ ਜ਼ਬਰਦਸਤ ਹੈ ਖੂਬਸੂਰਤ ਵੀ ਹੈ ਲੇਕਿਨ ਮਸਲਾ ਤਾਂ ਦੱਸਿਆ ਨਹੀਂ ਕੀ ਹੈ ਕੀ ਨਾਜ਼ੁਕ ਹੋ ਰਿਹਾ ਇਸ ਤਰ੍ਹਾਂ ਦੇ ਕਮੈਂਟ ਵੀ ਸੀ ਬਹੁਤ ਹੀ ਜ਼ਿਆਦਾ ਨਾਜ਼ੁਕ ਅਗਰ ਦੋਨਾ ਵੀ ਹੋਇਆ ਨਾ ਤੇ ਇੱਕ ਇੱਕ ਪਲੇਟ ਕਰਕੇ धो ਸਕਦੇ ਹਾਂ ਅਲੱਗ ਅਲੱਗ ਰੱਖ ਕੇ ਇਕੱਠੀਆਂ ਮਸਲ ਪੇਟਾਂ ਵਗੈਰਾ ਬੰਦਾ ਨਾ ਟਪ ਕਿਸੇ ਚੀਜ਼ ਦੇ ਵਿੱਚ ਨਹੀਂ ਪਾ ਸਕਦਾ ਨਾ ਹੀ ਧੋ ਸਕਦਾ ਮੋਟੂ ਪਤਲੂ ਨੂੰ ਗਨੇਰੀਆਂ ਪਾਈਆਂ ਨੇ ਗੰਨੇ ਦੀਆਂ ਔਰ ਉਹਨਾਂ ਬੜਾ ਚੂਪ ਚੂਪ ਕੇ ਦੇਖੋ ਕਿੰਨਾ ਉਹਨਾਂ ਨੇ ਗੰਦ ਮਾਰ ਓਏ ਮੈਨੂੰ ਤੇਰੇ ਚੱਕ ਮਾਰ ਤੂੰ ਆਪਣਾ ਕੰਮ ਕਰ ਇਹਨਾਂ ਵਿੱਚ ਜੂਸ ਬੜਾ ਹੁੰਦਾ ਹੈ ਨਾ ਤੇ ਦੇਖੋ ਚੁੱਪਦੇ ਫਿਰਦੇ ਨੇ ਬੇਗਮ ਸਾਹਿਬਾਂ ਨੂੰ ਮੈਂ مشورہ ਦਿੱਤਾ ਸੀ ਕਿ ਇਹ ਲੀਚੀ ਪਸ ਜਿਹੜੀ ਹੈ ਨਾ ਖੁਸ਼ਕ ਕਰਕੇ ਨਾ ਸੁਕਾ ਕੇ ਤੇ ਫਿਰ ਜਿਹੜਾ ਨਾ ਫਰਾਈ ਕਰੀ ਵੇਂਦਾ ਫਿਰ ਕੜਕਦਾਰ ਕੜਕੇਦਾਰ ਬਣਦੀ ਕਰ ਇਹਨੂੰ ਖੁਸ਼ਕ ਨਾ ਕਰੀ ਵੇ ਤੇ ਫਿਰ ਜਿਹੜਾ ਹੈਗਾ ਨਾ ਸਹੀ ਨਹੀਂ ਬਣਦੀ ਤਿੰਨ ਕਿਸਮ ਦੀ ਅੱਜ ਜਿਹੜੀ ਹੈ ਨਾ ਚਿਪ ਤਿਆਰ ਹੋ ਰਹੀ ਹੈ ਕੱਲ ਥੋੜੀ ਬਹੁਤੀ ਲੈ ਆਂਦੀ ਸੀ ਨਾ ਬੱਚਿਆਂ ਵਾਸਤੇ ਤੇ ਅੱਜ ਸਾਰੇ ਬੱਚਿਆਂ ਨੇ ਫਰਮਾਇਸ਼ ਕੀਤੀ ਸੀ ਕਿ ਚਿਪਸ ਬਣਾ ਕੇ ਦਿਓ ਸਾਨੂੰ ਅਲਹਮਦੁਲਿਲਾ ਜੀ ਸਾਡੀ ਚਿਪਸ ਬਣ ਕੇ ਰੈਡੀ ਹੋ ਚੁੱਕੀ ਹੈ ਮੈਂ ਚਲਾ ਕੇ ਸਿਪਾਰ ਜਾ ਕੇ ਨਾ ਪਾਣੀ ਲਾਇਆ ਫਰੰਟਲ ਚਾਹ ਤੇ ਕਾ ਵਗੈਰਾ ਗੱਡੇਆਂ ਨੂੰ ਪਾਣ ਜਾ ਕਿਉਂਕਿ ਹੁਣ ਨਾ ਧੁੱਪ ਕਾਫੀ ਤੇਜ਼ ਹੈ ਔਰ ਕੱਲ ਪਰਸੋਂ ਲਾਇਆ ਕੋਈ ਖੁਸ਼ ਹੋਇਆ ਪੈਸੀ ਬਿਲਕੁਲੀ ਉਹ ਦਰਵਾਜ਼ਾ ਤਾਂ ਦੇਖਿਆ ਹੋ ਜਾ ਕੇ ਕਿ ਜੀ ਆਰ ਚਿਪਸ ਬੇਗਮ ਸਾਹਿਬਾਂ ਸਹੀ ਨਹੀਂ ਬਣਾ ਰਹੀ ਪਤਾ ਨਹੀਂ ਕੀ ਹੈ ਮੈਂ ਤਾਂ ਆਪ ਨੂੰ ਸਹੀ ਬਣਾਈ ਕੱਟੀ ਵੀ ਚੰਗੀ ਸਹੀ ਬਣਾਈ ਹੈ ਮੈਂ ਤਾਂ ਦੇਖਿਆ ਕੋਈ ਨਹੀਂ ਠੰਡੇ ਅਸਲ ਤੇ ਮੇਰੇ ਖਿਆਲ ਠੰਡੇ ghee ਦੇ ਵਿੱਚ ਜਿਹੜਾ ਗਣਾ ਪਾਇਆ ਤੇ ਇਸ ਕਰਕੇ ਨਹੀਂ ਸਹੀ ਬਣੀ ਕਿੱਥੇ ਲੈ ਲੈਵਾ ਕਿੱਥੇ ਸੀ ਸਿਪਸ ਹਾਂ ਐ ਦੇਖ ਗੀ ਜਾਲੀ ਅਜੀਬ ਜੇ ਅਜੀਬ ਜੇ ਲੱਗਦੀ ਪਈ ਏ ਪਤਨ ਕੀ ਤੋਂ ਕਰ ਛੜਿਆ ਫੜ ਕੇ ਮੈਂ ਤੈਨੂੰ ਚਿਪਸ ਬਣਾ ਕੇ ਦੇਵਾਂਗਾ ਇੱਕ ਵਾਰੀ ਮੈਂ ਨਾ ਥੋੜਾ ਜਿਹਾ ਵਿਹਲਾ ਹੋਰ ਇਹਨਾਂ ਦੇ ਘਰ ਦੇ ਕੰਮ ਕਰ ਲਵਾਂ ਮੈਂ ਨੈਕਸਟ ਟਾਈਮ ਜਦੋਂ ਵੀ ਬੜਾਈ ਨਾ ਮੈਂ ਬਣਾਵਾਂਗਾ ਬੀਗਮ ਸਾਬਾ ਨੂੰ ਬਣਾਵਾਂ ਦਾ ਵਾਲ ਜਿਹੜਾ ਕਿ ਨਹੀਂ ਆਏ ਨੇ ਸਾਰੀ ਫੜ ਕੇ ਜਿਹੜਾ ਨਾ ਖਰਾਬ ਕਰ ਛੱਡੀ ਏ ਕਾਫੀ ਸਾਰੀਆਂ ਜੀ ਬੱਚਿਆਂ ਦੀਆਂ ਔਰ ਫਰਮਾਇਸ਼ਾਂ ਵੀ ਆ ਗਏ ਇੱਕ ਫਰਮਾਇਸ਼ ਤਾਂ ਬੀਗਮ ਸਾਬਾ ਨੇ ਚਿਪਸ ਬਣਾ ਕੇ ਇਹਨਾਂ ਦੀ ਪੂਰੀ ਕਰਤੀ ਏ ਲੇਕਿਨ ਮੈਂ ਚਲੇ ਆ ਪੱਠੇ ਵਢਣ ਵਾਸਤੇ ਬੱਚੇ ਕਹਿ ਰਹੇ ਜੀ ਸਾਡੀ ਸਾਰਿਆਂ ਦੀਆਂ ਜਿਹ ਕੀ ਚੀਜ਼ ਬਲਾ ਜੁੱਤੀਆਂ ਹਾਂ ਜੁੱਤੀਆਂ ਜਿਹੜੀਆਂ ਨਾ ਨਵੀਆਂ ਸਾਨੂੰ ਲਿਆ ਕੇ ਦੋ ਬੇਗਮ ਸਾਹਿਬਾਂ ਭੂ ਵਗੈਰਾ ਇਕੋ ਜੇ ਕਰਦੀ ਪਈ ਔਰ ਮੱਜ ਨੂੰ ਅਸੀਂ ਅਕੀ ਸਦੇ ਨੇ ਪੱਠੇ ਵਗੈਰਾ ਪਾਏ ਨੇ ਖਾਲ ਵਿੱਚ ਪਾਈ ਹੈ ਉਹ ਕਮਾਂਡ ਲੈਣ ਦਾ ਸਾਨੂੰ ਦੱਸੋ ਕੀ ਫਾਇਦਾ ਹੋਇਆ ਇਹ ਦੇਖੋ ਇੱਕ ਮਿੰਟ ਰੁਕ ਜਾ ਮੇਰੇ ਕੋ ਕੋਈ ਸ਼ਾਈ ਕੋਈ ਨਹੀਂ ਹੈ ਮੈਂ ਹੋਰ ਕੁਛ ਦਿਖਾਉਂਗਾ ਤੂੰ ਅੱਗੇ ਆ ਜਾ ਇਹ ਦੇਖੋ ਸਾਰੀਆਂ ਟੋਟੀਆਂ ਜੀ ਫੇਰ ਆ ਜਾ ਬੈਠੋ ਇਨੂੰ ਬੜਾ ਸ਼ੌਂਕ ਹੈ ਵੀਡੀਓ ਬਣਾਵਣ ਦਾ ਐ ਦੇਖੋ ਸਾਰੀਆਂ ਟੋਟੀਆਂ ਉਵੇਂ ਵਿੱਚ ਪਈਆਂ ਹੋਈਆਂ ਨੇ ਬਿਲਕੁਲ ਖਾਈਆਂ ਹੀ ਇਹਨੇ ਕੋਈ ਕੋਈ ਨਹੀਂ ਖਾਈਆਂ ਨਾ ਇਹਦਾ ਮਤਲਬ ਇਹ ਕਮਾਨ ਦਾ ਪੰਜੜਾ ਗਾਣਾ ਥੋੜਾ ਬਹੁਤ ਵਾਢ ਲਵੀਏ ਰਹਿਣ ਦੇ ਵੀ ਇਹ ਪੱਤਰ ਹੀ ਕਮਾਨ ਦੇ ਨੇ ਖਾਣੇ ਨਹੀਂ ਜੇ ਜਦੋਂ ਗੰਨੇ ਖਾਣੇ ਨਹੀਂ ਤੇ ਫਿਰ ਫਾਇਦਾ ਕੀ ਹੈ ਇਹ ਹੈ ਨਾ ਪੱਠੇ ਤੋਂ ਹੋਰ ਹੈਣ ਕੇ ਨਾ ਅਗਰ ਨਹੀਂ ਆ ਪੱਠੇ ਉੱਪਰਲੇ ਲੈ ਲਵਾਂਗੇ ਆਪਾਂ ਕੀ ਕੰਦੇ ਨੇ ਗੰਧਾ ਮਾਲੇ ਉਹ ਲੈ ਲਵਾਂਗੇ ਤੇ ਨਾਲ ਸ਼ਿਤਾਲਾ ਬੂਹ ਵਿੱਚ ਪਾ ਕੇ ਦੇ ਇਕੱਟਾਂਗੇ ਸਹੀ ਹੈ ਨਾ ਈਮਾਨ ਫਾਤਿਮਾ ਝਾੜੂ ਵਗੈਰਾ ਲਾ ਰਹੀ ਏ ਪਹਿਲੇ ਮੈਂ ਪੱਠੇ ਵੜ ਲਵਾ ਫਿਰ ਬੱਚਿਆਂ ਦੀ ਜਾਲ ਕੇ ਨਾ ਜੁੱਤੀਆਂ ਵਗੈਰਾ ਸਾਰਿਆਂ ਦੀ ਨਵੀਆਂ ਲੈ ਕੇ ਸਾਡਾ ਇੱਕ ਨੁਕਸਾਨ ਵੀ ਹੋਇਆ ਨੁਕਸਾਨ ਕਾ ਦਾ تقریبا کافی ਦਿਨ ਨਿਕਲ ਗਏ ਨੇ ਬਾਕੀ ਉਹ ਤੁਹਾਨੂੰ ਵਾਪਸੀ ਤਿਆਗ ਦਿੱਤੀ ਨਾ ਕੀ ਨੁਕਸਾਨ ਸਾਡਾ ਹੋਇਆ ਕਮਾਂਦ ਲੈਣ ਵਾਲਾ ਨਾ ਮੇਰੇ ਖਿਆਲ ਹੈ ਸਾਡਾ ਨਾ ਗਲਤ ਫੈਸਲਾ ਸੀ ਕਿਉਂਕਿ ਕਮਾਂਦ ਨਾ ਸ਼ੌਕ ਨਾਲ ਸਾਡੀ ਮੱਝ ਜਿਹੜਾ ਨਹੀਂ ਖਾ ਰਹੀ ਲੇਕਿਨ ਹੁਣ ਇਹ ਵਾਲੇ ਪੱਠੇ ਵਗੈਰਾ ਵੜ ਕੇ ਪਾਈ ਦੇ ਨਾ ਮਾਸ਼ਾਅੱਲਾ ਬੜਾ ਸ਼ੌਕ ਨਾਲ ਪੱਠੇ ਖਾਂਦੀ ਇਸ ਤੋਂ ਇਲਾਵਾ ਮੈਂ ਉਹ ਕਹਿ ਰਹੀ ਸੀ ਅੱਲਾਹ ਤੁਹਾਡਾ ਬਲਾ ਕਰੇ ਪਰਲੀ ਸਾਈਡ ਤੇ ਗੰਧਮ ਨਹੀਂ ਖੜੀ ਹੋਈ ਉਹ ਹੱਥ ਵੀ ਲੱਗਾ ਖੜਾ ਉਹ ਸਾਈਡ ਤੋਂ ਇਹ ਵਾਲੀ ਗੰਧਮ ਵੀ ਉਹਨਾਂ ਨੇ ਸੇਲ ਕਰਨੀ ਹੈ ਤੁਹ ਗੰਧਮ ਲੈ ਲਵਾਂਗੇ ਤੇ ਨਾਲ ਕੁਛ ਟਾਲਾ ਵਗੈਰਾ ਰਲ ਕੇ ਪਾਵਾਂਗੇ ਐ ਸਾਈਡ ਤੋਂ ਨਾ ਇੱਕ ਦੀਵਾਰ ਬਣਾਣੀ ਪਵੇਗੀ ਕਿ ਹਾਂਜੀ ਤੇ ਕੁਛ ਨਾ ਕੁਝ ਜ਼ਰੂਰ ਕਰਨਾ ਪਏ ਕਿਉਂਕਿ ਐ ਸਾਈਡ ਤੇ ਕਪੜਾ ਫਾੜ ਕੇ ਨਾ ਨਖੜੋ ਤੇ ਸਾਰੇ ਜਿਹੜੇ ਮਸਲ ਪੱਠੇ ਹੈਗੇ ਨੇ ਉੱਡ ਕੇ ਉਹ ਉੱਥੇ ਤੱਕ ਜਿਹੜਾ ਕਹਿੰਦੇ ਚਲੇ ਜਾਂਦੇ ਨੇ ਹੁਣ ਬੇਗਮ ਸਾਹਿਬਾਂ ਨੇ ਸਾਰੀ ਸਫਾਈ ਵਗੈਰਾ ਕਰ ਲਈ ਹੈ ਅੱਛਾ ਬੱਚਿਆਂ ਨੂੰ ਜਿਹੜਾ ਹੈਗਾ ਨਾ ਰੈਡੀ ਕਰ ਅ ਇਸ ਵਾਸਤੇ ਜੁੱਤੀਆਂ ਲੈ ਆਵਾਂ ਫਿਰ ਜੁੱਤੀਆਂ ਬੱਚਿਆਂ ਦੀਆਂ ਹੈਗੀਆਂ ਸੀ ਕਿਉਂਕਿ ਹੁਣ ਅੱਗੇ ਗਰਮੀ ਆ ਰਹੀ ਏ ਤੇ ਬੂਟ ਵਗੈਰਾ ਤੇ ਲੈ ਕੇ ਦਿੱਤੇ ਹੋਏ ਨੇ ਲੇਕਿਨ ਗਰਮੀਆਂ ਦੀ ਜਿਹੜੀ ਚੱਪਲ ਵਗੈਰਾ ਗੀ ਨਾ ਉਹ ਬੱਚਿਆਂ ਕੋਲ ਕੋਈ ਨਹੀਂ ਹੈ ਤੇ ਬੂਟ ਸਾਰੇ ਦਿਹਾੜੀ ਬੰਦਾ ਹੁਣ ਨਹੀਂ ਪਾ ਸਕਦਾ ਬਿਲਕੁਲ ਹੀ ਜੁੱਤੀ ਲਾਜ਼ਮੀ ਲੈ ਕੇ ਆਣੀ ਹੁਣੇ ਵੀ ਜੁੱਤੀ ਪਾਵਾਂਗਾ ਇਹ ਜੁੱਤੀ ਛੋੜ ਕੇ ਤੇ ਕੱਪੜੇ ਇਹਦੇ ਜਿਹੜੇ ਹੈਗੇ ਨਾ ਕੋ ਐਸੇ ਹੋਣ ਜਿਹੜੇ ਮਿੱਟੀ ਨਾਲ ਖਰਾਬ ਨਾ ਹੋਣ ਉਹ ਲੈ ਕੇ ਆਣੇ ਚਾਹੀਦੇ ਕਿਉਂਕਿ ਅਨੇ ਡੀਜਾ ਬਿਸਮਿਲਲਾ ਨਜ਼ਰ ਹੋ ਗਈ ਹੈ ਹਾਂ ਨਹੀਂ ਨਹੀਂ ਚਲਾ 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 ਅਸੀਂ ਤੈਨੂੰ ਖੁਸ਼ ਨਹੀਂ ਆ ਖੁਸ਼ ਨਹੀਂ ਚਲਾ ਚਲਾ ਸੂਰਜ ਬਿਲਕੁਲ ਜਿਹੜਾ ਗਾਣਾ ਲੱਥ ਗਿਆ ਸਾਡੇ ਜਿਹੜੇ ਅਮਸਾਏ ਐ ਨਾ ਰੋਜ਼ ਬਾਲਦੇ ਨੇ ਤੰਦੂਰ ਹਾਂਜੀ ਸਾਡੀ ਦਿਲ ਕਰਦੀ ਸਾਡੀ ਪਹੁੰਚ ਤੋਂ ਦੂਰ ਹੈ ਤੰਦੂਰ ਰੋਜ਼ ਬਾੜ ਕੇ ਜੇ ਰੋਟੀਆਂ ਵਗੈਰਾ ਪਕਾਉਂਦੇ ਨੇ ਤੇ ਸਾਡਾ ਵੀ ਦਿਲ ਕਰਦਾ ਕਿਉਂਕਿ ਹੁਣ ਨਾ ਤਵੇ ਦੀ ਰੋਟੀ ਖਾਣ ਨੂੰ ਦੁਪਹਿਰ ਨੂੰ ਬਿਲਕੁਲ ਦਿਲ ਹੀ ਕਰਦਾ ਬਿਲਕੁਲ ਜਿਹੜਾ ਹੈਗਾ ਨਾ ਦਿਲ ਕਰਦਾ ਤੰਦੂਰ ਦੀ ਰੋਟੀ ਜਿਹੜਾ ਨਾ ਹੋਵੇ ਹਾਂਜੀ ਟਾਈਮ ਮਿਲਦਾ ਤਾਂ ਅਸੀਂ ਜਿਹੜਾ ਨਾ ਤੰਦੂਰ ਆਪ ਦੇ ਹੱਥਾਂ ਦਾ ਬਣਾ ਕੇ ਵੈਸੇ ਸ਼ੁਰੂਆਤ ਜਿਹੜਾ ਹੈਗਾ ਨਾ ਹੁਣ ਕਰਦੇ ਹਾਂ ਤੰਦੂਰ ਵਗੈਰਾ ਵੈਸੇ ਇੱਕ ਹੋਰ ਵੀ ਮੈਂ ਗੱਲ ਕਰਾਂ ਤੰਦੂਰਾਂ ਤੇ ਜਿਹੜੇ ਟੋੜੇ ਵਗੈਰਾ ਹੈਗੇ ਨਾ ਅਸੀਂ ਬਣਾਏ ਸੀ ਕਿ ਤੰਦੂਰ ਮਸਲ ਬਣਾ ਕੇ ਨਾ ਸੇਲ ਕਰ ਬਹੁਤ ਜ਼ਿਆਦਾ ਮੁਸ਼ਕਿਲ ਨੇ ਬੇਗਮ ਸਾਹਿਬਾਂ ਤੇ ਡਬਲ ਬੋਝ ਪਵੇਗਾ ਬਲਕਿ ਸਵਾਨੀ ਤੇ ਜਿਹੜਾ ਕਹਿੰਦਾ ਜ਼ੁਲਮ ਵਾਲੀ ਗੱਲ ਹੋਵੇਗੀ ਇਸ ਕਰਕੇ ਤੰਦੂਰ ਬਣਾਵਾਂਗੇ ਸਿਰਫ ਔਰ ਸਿਰਫ ਇੱਕ ਜਾਂ ਦੋ ਤੰਦੂਰ ਸਿਰਫ ਅਸੀਂ ਬਣਾਣੇ ਨੇ ਔਰ ਉਹ ਵੀ ਆਪਣੇ ਘਰ ਦੇ લાਣ ਵਾਸਤੇ ਸਿਰਫ ਆਪਣੇ ਘਰ ਵਾਸਤੇ ਜਿਹੜਾ ਹੈਗਾ ਨਾ ਤੰਦੂਰ ਵਗੈਰਾ ਸੀ ਬਣਾਵਾਂਗੇ ਵੈਸੇ ਸੀ ਤੰਦੂਰ ਵਗੈਰਾ ਵੇਚਣ ਵਾਸਤੇ ਕੋਈ ਨਹੀਂ ਬਣਾਉਂ ਹਾਂਜੀ ਸਾਡੀ ਦਿਲ ਸੀ ਤੰਦੂਰ ਬਣਾ ਕੇ ਸੇੜੀ ਕਰਸਾਂ ਤਾਂ ਕਿ ਜਿਹੜੇ ਸਾਡੇ ਜਿਹੜੇ ਨਾ ਢਾਣੇ ਜਿਹੜੇ ਕਰਦੇ ਖਾਣ ਦੇ ਉਹ ਬਣ ਜਾਂਦੇ ਉਹ ਸਹੀ ਹਾਂ ਨਹੀਂ ਉਹ ਇੰਜ ਨਾ ਕਿ ਹੁਣ ਅਗਰ ਇੰਨੇ ਲਾਲਚ ਨੂੰ ਜ਼ਿਆਦਾ ਪਾਵਾਂਗੇ ਨਾ ਤਾਂ ਜ਼ਲੀਲ ਕਾਫੀ ਜ਼ਿਆਦਾ ਹੋਵਾਂਗੇ ਤਾਂ ਵੈਸੇ ਵੀ ਜ਼ੁਲਮ ਵਾਲੀ ਗੱਲ ਹੈ ਪੂਰਾ ਸੂਰਜ ਜਿਹੜਾ ਸਮਝੋ ਮੱਝ ਦਾ ਮਸਾ ਜਿਹੜਾ ਹੈਗਾ ਨਾ ਕਰੀ-ਕੁਰੀ ਦੀ ਇੰਨਾ ਇੱਕ ਬਹੁਤ ਜ਼ਿਆਦਾ الحمدللہ گھر ਦਾ ਸਰ ਖਰਚਾ ਵਗੈਰਾ ਚੱਲੀ ਜਾਂਦਾ ਅਗਾਗਾਂ ਜ਼ਿਆਦਾ ਜ਼ਿਆਦਾ ਬੰਦੇ ਦੇ ਨਹੀਂ ਕਿ ਹੋਵੇ ਨਾ ਤੇ ਫਿਰ ਰੋਟੀ ਖਾਣ ਦਾ ਟਾਈਮ ਨਹੀਂ ਮਿਲਦਾ ਐਸੇ ਕਰਕੇ ਤੰਦੂਰ ਬਣਾਣੇ ਅਸੀਂ ਕੀਤੇ ਨਾ ਭਾਈ ਸਭ ਕੈਨਸਲ ਘਰ ਵਾਸਤੇ ਤੰਦੂਰ ਅਸੀਂ 2-4 ਮਸਲ ਬਣਾ ਕੇ ਰੱਖ ਲਾਂਗੇ ਜਾਂ ਕੋਈ ਬੰਦਾ ਆਂਦਾ ਜਾਂਦਾ ਜਾਂ ਬੇਲੀ ਦੋਸਤ ਜਾਂ ਉਹਨਾਂ ਨੂੰ ਬੰਦਾ ਦੇ ਦਿੰਦਾ ਇਤਨੇ ਕਸੀ ਮਸਲ 5-7 ਜਾਂ 10 ਬਣਾ ਕੇ ਰੱਖ ਦੇਾਂਗੇ ਸਾਰੇ ਸੀਜ਼ਨ ਜੇ ਨਹੀਂ ਇੱਕ ਵਾਰੀ ਤੇ ਜ਼ਿਆਦਾ ਸੀ ਮਸਲ ਨਾ ਹੁਣ ਵੇਚਣ ਵਾਸਤੇ ਬਣਾਉਣ ਦਾ ਸਾਡਾ ਕੋਈ ਮੂਰ ਨਹੀਂ ਹਾਲਾਂਕਿ ਟੋੜੇ ਵਗੈਰਾ ਡਾਈਆਂ ਵਗੈਰਾ ਸੀ ਬਣਾਈਆਂ ਸੀ ਲੇਕਿਨ ਨਾ ਪ੍ਰੋਗਰਾਮ ਕੈਨਸਲ ਸਬਜ਼ ਚਾਰਾ ਇਹ ਵੀ ਬੜੇ ਸ਼ੌਂਕ ਨਾਲ ਖਾਂਦੇ ਨੇ ਐ ਦੇ ਇਹਨਾਂ ਨੂੰ ਪੱਠੇ ਵਗੈਰਾ ਪਾਏ ਨੇ ਇਹ ਇਹ ਦੇਖੋ ਇਹ ਆਈ ਫਿਰਦੀ ਮੁਰਗੇ ਆਉ ਫਿਰਦੇ ਨੇ ਬਿੱਲੀ ਇਹ ਆਈ ਫਿਰਦੀ ਔਰ ਬੜਾ ਹੀ ਇਹ ਤੰਗ ਕਰਦੀ ਹੈ ਇਹ ਮੁਰਗਿਆਂ ਜਿਹੜਾ ਹੈਗਾ ਨਹੀਂ ਫੜਦੀ ਇਹਨਾਂ ਰੋਟੀ ਵਗੈਰਾ ਪਾਈ ਦੀ ਹੈ ਨਾ ਹੁਣ ਜਿਹੜਾ ਹੈਗਾ ਨਾ ਮੁਰਗਿਆਂ ਨਹੀਂ ਫੜਦੀ মুরগে ویسے بھی چار ਹਨ ਕਿ ਅਸੀਂ ਅੰਦਰ ਜਿਹੜਾ ਹੈ ਕਿ ਨਾ ਜਾਈਏ ਇਹ ਦਰਵਾਜ਼ਾ ਖੋਲਦੇ ਆਂ ਚੱਲ ਅੰਦਰ ਚੱਲ 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 ਬਾਹਰ ਜਾ ਚਲੋ ਜੀ ਦੋਨੋਂ ਵੈਸੀ ਅੰਦਰ ਕਰਾਂਗੇ ਤੂੰ ਜੁੱਤੀ ਲੈਣੀ ਹੈ 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 ਮੇਰੇ ਨਾਲ ਜਾਣਾ ਹੈ ਇਹ ਕਹਿ ਰਿਹਾ ਮੈਂ ਨਾਲ ਜਾਣਾ ਹੈ ਨਾਲ ਕੀ ਕਰਨ ਜਾਣਾ ਹੈ ਪਸੰਦ ਜੁੱਤੀ ਲੈਣੀ ਹੈ ਨਹੀਂ ਯਾਰ ਤੂੰ ਇੱਥੇ ਰਹਿ ਤੇਰੇ ਵਾਸਤੇ ਜੁੱਤੀ ਲੈ ਆਵਾਂਗਾ ਠੀਕ ਹੈ है जों में है रोप उसे हां प्यारा मैं रोप हुसैन ना रोमी मोर तेरे तेरे वास्ते जुत्ती चंगी लाया उस सा ठीक है मैं ना जाना है नाल जाना है हां नहीं नहीं नाल नहीं ले जाना आ ना जाना नाल ले जाना है चलो ठीक है बच्चे हो ਰਹਿਣ ਜੀ ਤਿਆਰ ਔਰ ਅਬਦਲ ਵਹਾਬ ਸਾਹਿਬ ਜਿੱਦ ਪਿਆ ਖੜਾ ਕਹਿ ਰਿਹਾ ਮੈਂ ਨਾਲ ਜਾਣਾ ਨਹੀਂ ਤੇ ਮੈਂ ਰੋਕਾਂ ਇਹਨੂੰ ਜਿਹੜਾ ਅਗਰ ਨਾਲ ਲੈ ਜਾਣਾ ਜੁੱਤੀਆਂ ਵਗੈਰਾ ਸਾਰੇ ਬੱਚਿਆਂ ਦੀਆਂ ਹੀ ਲੈ ਕੇ ਆਣ ਵਾਲੀਆਂ ਨੇ ਬੱਚਿਆਂ ਦੇ ਉਹਨੂੰ ਕੀ ਕਹਿੰਦੇ ਨੇ ਲੰਮਣ ਗਿਆ ਸੀ ਜੁੱਤੀਆਂ ਵਗੈਰਾ ਬੂਟ ਵਗੈਰਾ ਕਾਫੀ ਸਾਰੀ ਸ਼ਾਪਿੰਗ ਵਗੈਰਾ ਕਰਦੇ ਆ ਕਰਦੇ ਆ ਕਾਫੀ ਜ਼ਿਆਦਾ ਲੇਟ ਹੋ ਗਈ ਹੈ ਔਰ ਹੁਣ ਅਸੀਂ ਜਾ ਰਹੇ ਜੀ ਘਰ ਵਾਪਸ ਅੱਧੀ ਰਾਤ ਨੂੰ ਇੰਨਾ ਜਿਹੜਾ ਹੈਗਾ ਨਾ ਸਾਰੇ ਬੱਚਿਆਂ ਨੇ ਤੰਗ ਤੇ ਪਰੇਸ਼ਾਨ ਕਰ ਦਿੱਤਾ ਵਾਹ ਸੋਹਣੀ ਜੁੱਤੀ ਦੇ ਅਬਦਲ ਵਹਾਬ ਦੀ ਜੁੱਤੀ ਚੈੱਕ ਕਰੋ ਠੀਕ ਹੈ ਹੁਣ ਇਧਰ ਮੇਰੇ ਨਾਲ ਵੇਖ ਹੈਲੋ ਮੈਂ ਬੇਸ਼ਰਮੰਦਾ ਪਿਆ ਹਾਂ ਹਾਂ ਵੇਖ ਖਾੜਾ ਮਾਰਦਾ ਫਿਰਦਾ ਹੁਣ ਜੁੱਤੀ ਲੈ ਨਹੀਂਦੀ ਨੀ ਬਾਕੀ ਸਾਰਿਆਂ ਬੱਚਿਆਂ ਦੀ ਜੁੱਤੀਆਂ ਲੈ ਨਹੀਂ ਤਨ ਦਿਖਾਣਾ ਉੱਥੇ ਜਾ ਕੇ ਨਕੱਟਾ ਖੋਲ ਦੀ ਤਨ ਜੁੱਤੀਆਂ ਨਹੀਂ ਸਾਨੂੰ ਸਕੂਲ ਦੇ ਬੂਟ ਵੀ ਲੈ ਦੇ ਸਕੂਲ ਦੇ ਬੂਟ ਵੀ ਉਹਨਾਂ ਨਵਾਂ ਲੈ ਲੈਣ ਆ ਤੇਰੀ ਜੁੱਤੀ ਏ ਸਹੀ ਏ ਘਰ ਪਾਉਣ ਵਾਸਤੇ ਠੀਕ ਏ ਨਾ ਆਮ ਰੂਟੀਨ ਦੇ ਪਾਉਣ ਵਾਸਤੇ ਬੀਗਮ ਸਾਹਿਬਾਂ ਦੀ ਇੱਕ ਲਈਏ ਵੈਸੇ ਤੇ ਜੁੱਤੀਆਂ ਆ ਗਈਆਂ ਨੇ ਬੀਗਮ ਸਾਹਿਬ ਕੋਲ ਇਹ ਪਹਿਲੇ ਵੀ ਆਮ ਰੂਟੀਨ ਦੀ ਇੱਕ ਜੁੱਤੀ ਬਲੈਕ ਏ ਹੱਕ ਮੈਂ ਕਿ ਹੋਰ ਲੈ ਲਵੀ ਠੀਕ ਏ ਠੀਕ ਏ ਹਾਂ ਇਹ ਵੀ ਸੋਹਣੀ ਤਾਂ ਏ ਲੇਕਿਨ ਹੈ ਕੀ ਸਦਨ ਫੋਰਮ ਜੀ ਦੀ ਬਣੀ ਹੋਈ ਸਸਤੀ ਮਸਤੀ ਮੈਂ ਪਾਉਂਗਾ ਹੁਣ ਇਹਨੂੰ ਪਾਉਂ ਏ ਹਾਂ ਇਹ ਲੈਬਾ ਦੀ ਜੁੱਤੀ ਲੈਬਾ ਤੂੰ ਜੁੱਤੀ ਤਾਂ ਵਿਖਾ ਆਪਣੀ ਹਾਂ ਲੈਬਾ ਦੀ ਏ ਜੁੱਤੀ ਏ ਸੋਨੇ ਦੀ ਜੁੱਤੀ ਲੈਬਾ ਦੀ ਏ ਤੇ ਇਹ ਕਹਿੰਦੀ ਹੈ ਹਾਂ ਇਹ ਲੈ ਬਾਦੀ ਏ ਔਰ ਅਬਦਲ ਹਾਦੀ ਦੀ ਵੀ ਲੈ ਕੇ ਆਂਦੀ ਏ ਅਬਦਲ ਹਾਦੀ ਤਾਂ ਸੋ ਗਿਆ ਹੈ ਲੇਕਿਨ ਜੁੱਤੀ ਉਹਦੀ ਐਸ ਫੇਰੀ ਦੀ ਵੱਡੀ ਜੁੱਤੀ ਲੈ ਆਂਦੀ ਹੈ ਨਾ ਹਾਂ ਕਿਉਂਕਿ ਇਹ ਅਬਦੁਰਹਿਮਾਨ ਦੇ ਬੂਟ ਨੇ ਸਕੂਲ ਦੇ ਪਕੜ ਅੰਦਰ ਰੱਖੋ ਪਕੜਿਓ ਪਕੜਿਓ ਆਪਣੇ ਅਨਬਾਕਸਿੰਗ ਕਰੋ ਸਾਰੇ ਹਾਂ ਇਹ ਇਹ ਲੈ ਬਾ ਦੇ ਬੂਟ ਨੇ ਪੱਕੀ ਜੁੱਤੀ ਲੈਣ ਔਰ ਇਹ ਹੈਗੇ ਨੇ ਆਮ ਰੂਟੀਨ ਦੇ ਇਹ ਵੀ ਇਹ ਵੀ ਹੈਗੇ ਅਬਦੁਰਹਿਮਾਨ ਸਾਹਿਬ ਦੇ ਨਹੀਂ ਆ ਸਹੀ ਹੈ ਆ ਵੀ ਅਬਦੁਰ रहमान ਦੇ ਚੈਨਾ ਪਲੱਸ ਆ ਹਾਂ ਇਹ ਹੈ ਇਮਾਨ ਫਾਤਿਮਾ ਸਹੀ ਹੈ ਪੂਰੀ ਤਾਂ ਹੈ ਨਾ ਦੇਖ ਹਾਂ ਚੈੱਕ ਕਰਕੇ ਤਾਂ ਤਾਂ ਸਾਰੇ ਬੱਚਿਆਂ ਨਾਲ ਲੈ ਗਿਆ ਸੀ ਮੈਂ ਆਹ ਹਾਦੀ ਵਾਕ ਇਹ ਚੱਕੀ ਫਿਰਦਾ ਇਹਨੂੰ ਕੀ ਹੈ ਇਹ ਪੂਰੀ ਲੱਗਦੀ ਹੈ ਇਹਨੂੰ ਪੂਰੀ ਲੱਗਦੀ ਹੈ ਪੂਰੀ ਲੱਗਦੀ ਹੈ ਇਹ ਅਬਦਲ ਹਾਦੀ ਦੇ ਛੋਟੇ ਜਿਹੜੇ ਹੈਗੇ ਨਾ ਇਹ ਦੇਖੋ ਸਹੀ ਕੀਤਾ ਇਹ ਨਵਾਂ ਸਾਰੇਆਂ ਦੇ ਜਿਹੜੇ ਅਗੇ ਨਾ ਆ ਗਏ ਨੇ ਹੁਣ ਅੱਜ ਇਹਨਾਂ ਮੈਨੂੰ ਲੁੱਟ ਲੁੱਟ ਪੁੱਟ ਲਿਆ ਕਾਫੀ ਸਾਰੀ ਸਮਣ ਲੋਕ ਕਿਨੇ ਜੁੱਤੀਆਂ ਇੱਕ ਇੱਕ ਦੋ ਦੋ ਸਾਰੇ ਬੱਚਿਆਂ ਦੀ ਲੈ ਆਂਦੀਆਂ ਨੇ ਬੱਚਿਆਂ ਦੇ ਸਕੂਲ ਦੇ ਪੇਪਰ ਵਗੈਰਾ ਜਿਹੜੇ ਹੈਗੇ ਨਾ ਹੋਰ ਹਨ ਸ਼ੁਰੂ ਤਕਰੀਬਨ ਤੰਮੀ ਪਰਸੋਂ ਤੋਂ ਔਰ ਬੱਚਾ ਕੁਛ ਹੈ ਪੱਚੇ ਕਹਿਣ ਸਾਨੂੰ ਆਂਦਾ ਹੈ ਪੜਾਈ ਵਗੈਰਾ ਮਤਲਬ ਸਹੀ ਜਿਹੜਾ ਹੈਗਾ ਨਾ ਕਰ ਲਵਾਂਗੇ ਕੁਛ ਇਸ ਕਰਕੇ ਮੈਂ ਉਹ ਨਾ ਹੋਵੇ ਕਿ ਕਿਰੇ ਨਾ ਫੇਲ ਹੋ ਜਾਮ ਸਾਡੀ ਸਾਰੀ ਮਿਹਨਤ ਖਰਾਬ ਕਰ ਦੇਵੇ ਹਾਂ ਔਰ ਬੇਗਮ ਸਾਹਿਬਾ ਕੀ ਬਣਾ ਰਹੀ ਚਾਹ ਹਾਂਜੀ ਚਾਹ ਬਣਾਉਂਗਾ ਫਿਰ ਸਵੇਰ ਵਾਸਤੇ ਦਿਲੇ ਦਹੀਂ ਬਣਾਉਂਗਾ ਹਾਂ ਚਲੋ ਬਣਾ ਲੈ ਦਈ ਕਿਉਂਕਿ ਹੁਣ ਸਵੇਰ ਸਵੇਰ ਮਾਸ਼ਾਅੱਲਾ ਨਾ ਗਰਮੀ ਥੋੜੀ ਬਹੁਤੀ ਗਰਮੀ ਇੰਨੀ ਜ਼ਿਆਦਾ ਤਾਂ ਕੋਈ ਨਹੀਂ ਆਈ ਸਵੇਰ ਚੰਗੀ ਭਲੀ ਠੰਡ ਪੈਂਦੀ ਹੈ ਲੇਕਿਨ ਦੁਪਹਿਰ ਟਾਈਮ ਨਾ ਬੰਦੇ ਦਾ ਦਿਲ ਕਰ ਪੈਂਦਾ ਲੱਸੀ ਦੁੱਸੀ ਜਿਹੜੇ ਨਾ ਬਣਾਵਣ ਦੀ ਜਾਂ ਕੋਈ ਚੀਜ਼ ਤੇ ਆ ਬੱਚੇ ਸਵੇਰ ਸਵੇਰ ਜਿਹੜੇ ਨਾ ਦਹੀਂ ਬੱਚਿਆਂ ਨੂੰ ਰੋਟੀ ਖਾ ਲਵਣ ਹਾਂਜੀ ਤੇ ਅੱਜ ਦਾ ਵਲਾਗ ਹੀ ਕਰਦੇ ਆ ਖਤਮ ਇਨਸ਼ਾਅੱਲਾ ਜੀ ਕੱਲ ਮੁਲਾਕਾਤ ਹੁੰਦੀ ਖੁਦਾ ਹਾਫਿਜ਼ ਅੱਲਾ ਨਿਗਹਿਬਾਨ ਔਰ ਇਹ ਆਲਾ ਕੰਮ ਨਾ ਸਭ ਤੋਂ ਵਧੀਆ ਜਿਹੜਾ ਨਾ ਹੋ ਗਿਆ ਚੁਲਿਆਰਾ